ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜਾ ਆਪਾਂ ਵੀਡੀਓ ਕੰਟੈਸਟ ਕਰਾਇਆ ਸੀਗਾ ਪੰਜਾਬੀ ਵਲੌਗਰ ਵੀਡੀਓ ਕੰਟੈਸਟ, ਅੱਜ ਆਪਾਂ ਉਹ ਵੀਡੀਓ ਕੰਟੈਸਟ ਦੇ ਵਿਨਰਸ ਡਿਕਲੇਅਰ ਕਰਾਂਗੇ। ਜਿਹੜਾ ਪਹਿਲਾ ਵਿਨਰ ਹੋਊਗਾ, ਪਹਿਲੇ ਨੰਬਰ 'ਤੇ ਜਿਹੜੀ ਟੀਮ ਆਈ ਆ ਉਹਦਾ ਪ੍ਰਾਈਜ਼ ਹੈਗਾ ਵਾ 60,000, ਜਿਹੜਾ ਦੂਜੇ 'ਤੇ ਆਇਆ ਵਾ ਉਹਦਾ ਪ੍ਰਾਈਜ਼ ਹੈਗਾ ਵਾ 20,000, ਅਤੇ ਇੱਕ 20,000 ਦਾ ਹੋਰ ਪ੍ਰਾਈਜ਼ ਆ ਉਹ ਵਾਲੀ ਵੀਡੀਓ ਹੋਊਗੀ ਜਿਹੜੀ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆਈ ਆ, ਹੈ ਨਾ, ਵੀ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗੀ ਆ। ਸੋ ਕੁੱਲ ਮਿਲਾ ਕੇ ਪ੍ਰਾਈਜ਼ ਮਨੀ ਜਿੱਦਾਂ ਆਪਾਂ ਪਹਿਲਾਂ ਕਿਹਾ ਸੀ 1 ਲੱਖ ਹੀ ਆ ਪ੍ਰਾਈਜ਼ ਮਨੀ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਥੈਂਕ ਯੂ ਕਰਦਾ ਜਿਹਨਾਂ ਜਿਹਨਾਂ ਨੇ ਵੀਡੀਓ ਕੰਟੈਸਟ ਦੇ ਵਿੱਚ ਪਾਰਟੀਸਪੇਟ ਕੀਤਾ ਵਾ ਨਾ। ਕਈਆਂ ਦੀਆਂ ਵੀਡੀਓਜ਼ ਆ ਵੀ ਨਹੀਂ ਸਕੀ ਹੈਗੀਆਂ ਚੈਨਲ ਦੇ ਉੱਤੇ, ਕਈਆਂ ਦਾ ਇੱਦਾਂ ਵੀ ਹੋਇਆ ਵੀ ਉਹਨਾਂ ਨੇ ਮੈਨੂੰ 15 ਤਰੀਕ ਤੋਂ ਬਾਅਦ ਵੀਡੀਓ ਭੇਜੀ ਆ। ਸੋ ਆਪਣੀ 15 ਤਰੀਕ ਲਾਸਟ ਸੀਗੀ ਡੈਡਲਾਈਨ ਸੀਗੀ ਆਪਣੇ ਵੀਡੀਓ ਕੰਟੈਸਟ ਦੀ। ਸੋ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਸੋ ਮਚ, ਅਤੇ ਸਾਰੀਆਂ ਵੀਡੀਓ ਬਹੁਤ ਵਧੀਆ ਸੀਗੀਆਂ, ਹੈ ਨਾ। ਇੱਦਾਂ ਨਹੀਂ ਹੈਗਾ ਵੀ ਐਵੇਂ ਮੈਂ ਕਿਸੇ ਵੀਡੀਓ ਨਹੀਂ, ਮੈਨੂੰ ਬਹੁਤ ਸਾਰੀਆਂ ਵੀਡੀਓਜ਼ ਪਸੰਦ ਆਈਆਂ, ਪਰ ਵਿਨਰ ਤਾਂ ਫਿਰ ਇੱਕ ਹੀ ਹੁੰਦਾ ਵਾ। ਸੋ ਜੀ ਹੁਣ ਆਪਾਂ ਵੱਧਦੇ ਹਾਂ ਪ੍ਰਾਈਜ਼ ਦੀ ਤਰਫ। ਸੋ ਜਿਹੜੀ ਦੂਜੇ ਨੰਬਰ ਦੇ ਉੱਤੇ ਵੀਡੀਓ ਆਈ ਆ ਜਿਹਨੇ 20,000 ਰੁਪੀਜ਼ ਜਿੱਤਿਆ ਵਾ, ਸਾਰਾ ਕੁਛ ਮਿਲਾ ਕੇ ਵਿਊਜ਼, ਕਮੈਂਟਸ, ਵਾਚ ਟਾਈਮ, ਐਵਰੀਥਿੰਗ, ਹੈ ਨਾ। ਪਹਿਲੇ 2 ਦਿਨਾਂ ਦੇ ਵਿਊਜ਼ ਆਪਾਂ ਸਪੈਸ਼ਲੀ ਉਹ ਦੇਖੇ ਨੇ ਵੀ ਹਰੇਕ ਟੀਮ ਨੂੰ, ਹਰੇਕ ਵੀਡੀਓ ਨੂੰ ਆਪਾਂ 2-2 ਦਿਨ ਦਿੱਤੇ ਨੇ ਵੀ ਉਦੋਂ ਕਿਹਦੇ ਕਿੰਨੇ ਵਿਊ ਹੋਏ ਸੀਗੇ। ਸੋ ਜਿਹੜੀ ਦੂਜੇ ਨੰਬਰ 'ਤੇ ਵੀਡੀਓ ਆਈ ਜਿਹਨੇ 20,000 ਪ੍ਰਾਈਜ਼ ਜਿੱਤਿਆ, ਨਹੀਂ ਗੈਸਿਸ ਗਾਇਸ, ਮੈਂ ਤੁਹਾਨੂੰ ਦੱਸ ਹੀ ਦਿੰਦਾ ਵਾ, ਉਹ ਹੈਗੀ ਆ ਜੀ ਪੰਜਾਬੀ ਲੋਹੜੀ ਬਾਏ ਦਾ ਪੈਰਾਡਾਈਜ ਕ੍ਰੀਏਸ਼ਨਸ ਟੀਮ। ਸੋ ਕੰਗਰੈਚੁਲੇਸ਼ਨਸ ਉਹਨਾਂ ਨੂੰ, ਉਹਨਾਂ ਨੇ 2 ਵੀਡੀਓ ਭੇਜੀਆਂ ਸੀ ਵੀਡੀਓ ਕੰਟੈਸਟ ਦੇ ਵਿੱਚ, ਦੋਨੇ ਬਹੁਤ ਵਧੀਆ ਸੀਗੀਆਂ। ਜਿਹੜੀ ਉਹਨਾਂ ਦੀ ਇਹ ਵੀਡੀਓ ਜਿੱਤੀ ਆ ਉਹਦੇ 43,000 ਕੁਛ ਵਿਊ ਹੋਏ ਨੇ ਪੰਜਾਬੀ ਲੋਹੜੀ ਵਾਲੀ 'ਤੇ। ਉਹਦੇ ਐਂਡ ਦੇ ਵਿੱਚ ਪਹਿਲਾ ਪਾਰਟ ਫਨੀ ਸੀਗਾ, ਅਤੇ ਐਂਡ ਦੇ ਵਿੱਚ ਇੱਕ ਮੈਸੇਜ ਸੀਗਾ ਵੀ ਪਤੰਗਾਂ ਦੀ ਡੋਰ ਨਾਲ ਕਿਵੇਂ, ਹੈ ਨਾ, ਆ ਮਾੜੇ ਚੀਜ਼ਾਂ ਵੀ ਹੋ ਜਾਂਦੀਆਂ ਨੇ, ਜਿਵੇਂ ਉਹਦੇ ਵਿੱਚ ਗਰਦਨ ਕੱਟੀ ਗਈ ਦਿਖਾਈ ਗਈ ਸੀਗੀ ਇੱਕ ਕੁੜੀ ਦੀ। ਸੋ ਜੀ ਕੰਗਰੈਚੁਲੇਸ਼ਨਸ ਦਾ ਪੈਰਾਡਾਈਜ਼ ਕ੍ਰੀਏਸ਼ਨਸ ਨੂੰ, ਜਿਨ੍ਹਾਂ ਨੇ ਦੂਜਾ ਨਾਮ ਪਹਿਲੇ ਆਪਣੇ ਪੰਜਾਬੀ ਵਲੌਗਰ ਵੀਡੀਓ ਕੰਟੈਸਟ ਦਾ ਜਿੱਤਿਆ ਵਾ। ਵੈਸੇ ਇਹਨਾਂ ਨੇ 3ਜੀ ਵੀਡੀਓ ਵੀ ਬਣਾ ਲਈ ਸੀ, ਪਰ ਫਿਰ 15 ਮਾਰਚ ਤੋਂ ਲੇਟ ਹੋ ਗਈ ਸੀ, ਇਸ ਕਰਕੇ ਮੈਂ ਸਬਮਿਟ ਨਹੀਂ ਕਰ ਪਾਇਆ। ਸੋ ਇਹਨਾਂ ਦੇ ਚੈਨਲ ਨੂੰ ਜਾ ਕੇ ਜ਼ਰੂਰ ਸਪੋਰਟ ਕਰੋ, ਕਿਉਂਕਿ ਆਪਣੇ ਕੰਟੈਸਟ ਦਾ ਮੇਨ ਉਹੀ ਸੀਗਾ ਵੀ ਸਾਰੇ ਜਿਹੜੇ ਨਵੇਂ ਕ੍ਰੀਏਟਰ ਸੀਗੇ ਉਹਨਾਂ ਨੂੰ ਵੱਧੋ ਵੱਧ ਸਪੋਰਟ ਕੀਤੀ ਜਾਵੇ। ਜਿਹੜੀ ਜਿਹੜੀ ਵੀਡੀਓ ਦੀ ਇਹ ਵੀਡੀਓ ਦੇ ਵਿੱਚ ਗੱਲ ਕੀਤੀ ਜਾਊਗੀ, ਸਾਰਿਆਂ ਦੇ ਲਿੰਕਸ ਵਗੈਰਾ ਡਿਸਕ੍ਰਿਪਸ਼ਨ ਦੇ ਵਿੱਚ ਹੋਣਗੇ, ਤਾਂ ਕਿ ਜੇ ਤੁਸੀਂ ਕੋਈ ਸ਼ਾਰਟ ਮੂਵੀ ਨਹੀਂ ਦੇਖੀ ਹੈਗੀ ਤਾਂ ਉਹ ਜਾ ਕੇ ਜ਼ਰੂਰ ਦੇਖਿਓ, ਅਤੇ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਸੋ ਜੀ ਹੁਣ ਆਪਾਂ ਗੱਲ ਕਰਦੇ ਹਾਂ ਪ੍ਰਾਈਜ਼ ਨੰਬਰ 1, ਜਿਹਨੇ 60,000 ਰੁਪੀਜ਼ ਇੰਡੀਅਨ ਜਿੱਤੇ ਨੇ, ਅਤੇ ਜਿਹਨੇ ਕਲੀਅਰ ਕੱਟ ਜਿੱਤੇ ਨੇ, ਮਤਲਬ ਵੀ ਉਹਨਾਂ ਦੀ ਵੀਡੀਓਜ਼ ਦੇ ਸਭ ਤੋਂ ਵੱਧ ਵਿਊ ਆਏ ਨੇ। ਆਲਮੋਸਟ ਆਈ ਥਿੰਕ ਹੁਣ ਉਹ ਵੀਡੀਓ 80,000 ਵਿਊ ਹੋ ਚੁੱਕੀ ਆ, ਤੁਹਾਨੂੰ ਪਤਾ ਲੱਗ ਹੀ ਆਉਣਾ ਜੇ ਤੁਸੀਂ ਕੰਟੈਸਟ ਫੋਲੋ ਕੀਤਾ। ਆਪਾਂ ਥੋੜ੍ਹਾ ਡਰਮ ਰੋਲ ਕਰ ਲਈਏ। ਸੋ ਜੀ ਜਿਹਨੇ ਪਹਿਲਾ ਪ੍ਰਾਈਜ਼ ਦਿੱਤਿਆ ਵਾ ਉਹ ਵੀਡੀਓ ਹੈਗੀ ਆ ਵਲੈਤ ਦਾ ਕੀੜਾ, ਅਤੇ ਸਬਮਿਟ ਕਰਾਈ ਗਈ ਸੀਗੀ, ਵੈਸੇ ਮਾਈਕ ਨਹੀਂ ਹੈਗਾ, ਇਹ ਸਬਮਿਟ ਕਰਾਈ ਗਈ ਸੀਗੀ ਬੈਨੀ ਪਾਲਸ ਜੱਟਸ ਟੀਮ ਵੱਲੋਂ। ਬਹੁਤ ਵਧੀਆ ਵੀਡੀਓ ਸੀ ਇਹ, ਆਈ ਥਿੰਕ ਆਪਣੇ ਕੰਟੈਸਟ ਦੀ ਦੂਜੀ ਵੀਡੀਓ ਸੀਗੀ, ਅਤੇ ਲੋਕਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਵੀਡੀਓ ਨੂੰ, ਅਤੇ ਕਲੀਅਰ ਕੱਟ ਵਿਨਰ ਆ। ਤਾਂ ਕੰਗਰੈਚੁਲੇਸ਼ਨਸ ਉਹਨਾਂ ਦੀ ਸਾਰੀ ਟੀਮ ਨੂੰ, ਅਤੇ ਰੱਬ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ੇ, ਚੜ੍ਹਦੀ ਕਲਾ 'ਚ ਰੱਖੇ। ਸੋ ਆਪਣੇ ਕੰਟੈਸਟ ਦੇ ਜਿਹੜੇ ਪਹਿਲੇ ਨੰਬਰ 'ਤੇ ਵਿਨਰ ਆਏ ਨੇ ਬੈਨੀ ਪਾਲਸ ਜੱਟਸ ਵਲੈਤ ਦਾ ਕੀੜਾ ਵੀਡੀਓ ਸੀਗੀ, ਜੇ ਤੁਸੀਂ ਨਹੀਂ ਦੇਖੀ ਉਹਦਾ ਵੀ ਲਿੰਕ ਵਗੈਰਾ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਹੋਊਗਾ। ਵੀਡੀਓ ਇੱਦਾਂ ਸੀਗੀ, ਬਹੁਤ ਹੀ ਸਮੂਥ ਵੀਡੀਓ ਸੀ, ਐਕਟਿੰਗ ਬਹੁਤ ਹੀ ਜ਼ਿਆਦਾ ਵਧੀਆ ਕੀਤੀ ਗਈ ਸੀ, ਅਤੇ ਇੱਕ ਬਹੁਤ ਹੀ ਵਧੀਆ ਮੈਸੇਜ ਸੀਗਾ। ਹੁਣ ਆਪਾਂ ਗੱਲ ਕਰਦੇ ਹਾਂ ਉਹ ਵੀਡੀਓਜ਼ ਦੀ ਜਿਹਦੇ ਨੂੰ ਜਿਹੜੀ ਮੈਨੂੰ ਪਸੰਦ ਆਈ ਹੈ, ਅਤੇ ਜਿਹੜੀ 20,000 ਰੁਪੀਜ਼ ਜਿੱਤੂਗੀ, ਹੈ ਨਾ। ਉਹਦੀ ਲਿਸਟ ਬਹੁਤ ਲੰਬੀ ਆ, ਇੰਨਾ ਜ਼ਿਆਦਾ ਕਲੋਜ਼ ਕੰਪੀਟੀਸ਼ਨ ਸੀਗਾ। ਜਿਵੇਂ ਮੈਂ ਗੱਲ ਕਰਦਾ, ਜਿਹੜੀ ਸਭ ਤੋਂ ਪਹਿਲੀ ਵੀਡੀਓ ਆਈ ਸੀ ਲੰਗੂਟ, ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਸੀ, ਵੀਡੀਓਜ਼ ਦੇ ਵਿਊ ਵੀ ਵਧੀਆ ਆਏ ਸੀਗੇ, ਬਹੁਤ ਵਧੀਆ ਵੀਡੀਓ ਬਣਾਈ ਹੋਈ ਸੀਗੀ। ਫਿਰ ਇੱਕ ਸੀਗੀ ਵੀਡੀਓ ਡਾਇਬਲੋ ਡੈਵਲ, ਜਿਹਦਾ ਮੈਂ ਨਾਂ ਰੱਖਿਆ ਸੀ ਯਾਰ ਵਰਸਿਸ ਪਿਆਰ, ਉਹ ਆਈ ਸੀਗੀ ਆਈ ਥਿੰਕ ਸਰੀ ਸਾਈਡ ਵੱਲੋਂ। ਉਹ ਵੀਡੀਓ ਇੰਨੀ ਜ਼ਿਆਦਾ ਸਿਨਮੈਟਿਕ ਬਣਾਈ ਹੋਈ ਸੀਗੀ, ਬਹੁਤ ਹੀ ਵਧੀਆ, ਥੋੜ੍ਹੀ ਸਟੋਰੀ ਲਾਈਨ ਆਪਾਂ ਕਹਿ ਸਕਦੇ ਵੀ ਥੋੜ੍ਹੀ ਹੋਰ ਬਿਹਤਰ ਹੋ ਸਕਦੀ ਸੀ, ਪਰ ਵੀਡੀਓ ਡਾਇਰੈਕਸ਼ਨ, ਸ਼ਾਰਟਸ ਅਤੇ ਐਕਟਿੰਗ ਮੈਨੂੰ ਸਾਰਾ ਕੁਛ ਬਾਕੀ ਉਹਦਾ ਬਹੁਤ ਵਧੀਆ ਲੱਗਿਆ ਸੀਗਾ। ਉਸ ਤੋਂ ਬਾਅਦ ਇੱਕ ਵੀਡੀਓ ਆਈ ਸੀ ਬਾਪ ਦੀ ਪੱਗ ਬਾਏ ਹਰਮਨ ਟੀਮ, ਉਹ ਵੀ ਬਹੁਤ ਜ਼ਿਆਦਾ ਘੈਂਟ ਸੀ। ਇੱਕ ਜਿਹੜੀ ਹੋਰ ਵੀਡੀਓ, ਪ੍ਰੋਬੇਬਲੀ ਜੇ ਮੈਂ ਵੀਡੀਓ ਕੰਟੈਸਟ ਦਾ ਵਿਨਰ ਮੈਨੂੰ ਕੱਢਣਾ ਹੁੰਦਾ, ਮੈਂ ਪਹਿਲੇ ਟੌਪ 3 ਦੇ ਵਿੱਚ ਉਹਨੂੰ ਪੱਕਾ ਰੱਖਦਾ, ਉਹ ਸੀਗੀ ਇਬਾਦਤ। ਉਹ ਇੱਕ ਸੌਂਗ ਸੀਗਾ ਅਤੇ ਇੱਕ ਸ਼ਾਰਟ ਮੂਵੀ ਸੀਗੀ, ਬਹੁਤ ਹੀ ਵਧੀਆ, ਇੰਨੀ ਸਿਨੇਮੈਟਿਕ, ਪਲੱਸ ਮੈਨੂੰ ਉਹ ਸੌਂਗ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ। ਹੁਣ ਵੀ ਮੈਂ ਹਰੇਕ 2-3 ਦਿਨ ਉਹ ਸੌਂਗ ਇੱਕ ਵਾਰੀ ਜ਼ਰੂਰ ਸੁਣਦਾ ਵਾਂ। ਇਹਨਾਂ ਸਾਰੀਆਂ ਵੀਡੀਓਜ਼ ਦੇ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਪਏ ਹੋਣਗੇ। ਫਿਰ ਇੱਕ ਵੀਡੀਓ ਸਬਮਿਸ਼ਨ ਕੀਤੀ ਗਈ ਸੀਗੀ ਨਾਜ਼ਮ ਅਤੇ ਗੁਰਮੁਖ, ਬਹੁਤ ਹੀ ਜ਼ਿਆਦਾ ਪਿਆਰੀ ਵੀਡੀਓ ਸੀ, 1947 ਦੀ ਵੰਡ ਦੇ ਉੱਤੇ ਸੀਗੀ, ਇੱਕ ਸਿੱਖ ਹੁੰਦਾ ਵਾ ਅਤੇ ਇੱਕ ਮੁਸਲਮਾਨ, ਦੋਨੇ ਫਰੈਂਡ ਹੁੰਦੇ ਆ, ਉਹਨਾਂ ਦੀ ਸਟੋਰੀ ਸੀ, ਬਹੁਤ ਹੀ ਜ਼ਿਆਦਾ ਸਾਰੇ ਸ਼ਾਰਟਸ ਵਗੈਰਾ ਉਹਦੇ ਵਿੱਚ ਬਹੁਤ ਹੀ ਵਧੀਆ ਸੀ। ਫਿਰ ਇੱਕ ਜਿਹੜੀ ਲਾਸਟ ਮੂਵੀ ਸੀਗੀ ਆਪਣੇ ਚੈਨਲ ਦੇ ਉੱਤੇ ਆਈ ਆ, ਉਹ ਹੈਗੀ ਸੀ ਇੱਕ ਗੁਨਾ, ਉਹਦਾ ਆਈ ਥਿੰਕ ਪਾਰਟ 2 ਵੀ ਉਹਨਾਂ ਨੇ ਕੱਢਣਾ ਵਾ, ਪਰ ਉਹ ਮੂਵੀ ਇੰਨੀ ਸਿਨੇਮੈਟਿਕ ਸੀ, ਇੰਨੀ ਜ਼ਿਆਦਾ ਸੋਹਣੀ ਬਣਾਈ ਸੀ, ਜਾਣੀ ਜੇ ਮੇਰੇ ਤੋਂ ਮੈਂ ਬਣਾਉਣੀ ਹੋਵੇ ਮੇਰੇ ਤੋਂ ਇੰਨੀ ਜ਼ਿਆਦਾ ਸੋਹਣੀ ਨਾ ਬਣੇ। ਸੋ ਮੈਂ ਇਹ ਉਹਨਾਂ ਵੀਡੀਓ ਕਹਿ ਰਿਹਾ ਜਿਹੜੀਆਂ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਈਆਂ ਨੇ ਵੀਡੀਓਜ਼। ਇੱਕ ਵੀਡੀਓ ਬਣਾ ਕੇ
ਇੰਨੀ ਜ਼ਿਆਦਾ ਵਧੀਆ ਸਟੋਰੀ ਸੀ ਉਹਦੀ ਕਲਿੱਫ ਐਂਗਰ 'ਤੇ ਉਹ ਇੱਕ ਤਰੀਕੇ ਦੀ ਵੀਡੀਓ ਸਮਾਪਤ ਹੋ ਜਾਂਦੀ ਹੈ। ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਜ਼ਰੂਰ ਦੇਖਿਓ ਕਿਉਂਕਿ ਇਹੋ ਜਿਹੀਆਂ ਵੀਡੀਓ ਆਈ ਥਿੰਕ ਪੰਜਾਬ ਦੇ ਵਿੱਚ ਹਲੇ ਘੱਟ ਬਣਦੀਆਂ ਨੇ। ਅਤੇ ਇੱਕ ਹੋਰ ਸ਼ਾਰਟ ਮੂਵੀ ਆਈ ਸੀਗੀ ਨਲਾਇਕ, ਆਈ ਥਿੰਕ 4-5 ਮਿੰਟ ਦੀ ਸੀ ਅਤੇ ਭੇਜੀ ਸੀ ਕ੍ਰਿਸਟਲ ਜੋਤ ਉਹਨਾਂ ਦੀ ਟੀਮ ਨੇ। ਇੰਨੀ ਜ਼ਿਆਦਾ ਵਧੀਆ ਵੀਡੀਓ ਸੀਗੀ, ਇੰਨਾ ਜ਼ਿਆਦਾ ਵਧੀਆ ਉਹਦੇ ਵਿੱਚ ਮੈਸੇਜ ਕੀ ਦਿੱਤਾ ਗਿਆ ਸੀਗਾ, ਸਿਨਮੈਟਿਕ ਸ਼ਾਰਟ ਸੀਗੇ, ਸਾਰਿਆਂ ਦੀ ਐਕਟਿੰਗ ਔਨ ਦਾ ਪੁਆਇੰਟ ਸੀਗੀ, ਐਵਰੀਥਿੰਗ ਵਾਸ ਪਰਫੈਕਟ ਇਨ ਦੈਟ ਮੂਵੀ ਐਜ਼ ਵੈਲ। ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੀ। ਸੋ ਇਹ ਜਿਹੜੀਆਂ ਸਾਰੀਆਂ ਵੀਡੀਓ ਸੀਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ, ਜਿਹੜੀਆਂ ਸਾਰੀਆਂ ਸ਼ਾਰਟ ਮੂਵੀ ਸੀਗੀਆਂ, ਇਹ ਮੇਰੇ ਦਿਲ ਦੇ ਸਭ ਤੋਂ ਕਲੋਜ਼ ਸੀਗੀਆਂ, ਮੈਨੂੰ ਇੰਨੀਆਂ ਜ਼ਿਆਦਾ ਵਧੀਆ ਲੱਗੀਆਂ। ਬਾਕੀ ਵੀ ਸਾਰੀਆਂ ਵਧੀਆ ਨੇ, ਜਿਵੇਂ ਟਿਊਸ਼ਨ ਲਾਈਫ, ਡਿਪਰੈਸ਼ਨ, ਸਾਰੀਆਂ ਮੈਂ ਇਕੱਲੀ ਗੱਲ ਦਾ ਨਾਮ ਲਊਂਗਾ ਤਾਂ ਬਹੁਤ ਜ਼ਿਆਦਾ ਹੋ ਜਾਣੀਆਂ ਨੇ, ਸਾਰੀਆਂ ਵਧੀਆ ਸੀ। ਪਰ ਜਿਹੜੀਆਂ ਆਹ ਮੈਂ ਹੁਣ ਜ਼ਿਕਰ ਕੀਤਾ ਵਾ, ਇਹ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੀਆਂ, ਇਹਦੇ ਵਿੱਚ ਕੋਈ ਕਮੀ ਨਹੀਂ ਸੀਗੀ, ਇੱਕ ਨੰਬਰ ਫਿਲਮਾਂ ਬਣਾ ਕੇ ਭੇਜੀਆਂ। ਸੋ ਇਹਨਾਂ ਦੇ ਵਿੱਚੋਂ ਜਿਹੜੀ ਵੀਡੀਓ ਮੈਨੂੰ ਸਭ ਤੋਂ ਪਸੰਦ ਆਈ ਆ, ਸਭ ਤੋਂ ਵਧੀਆ ਲੱਗੀ, ਉਹ ਜਿੱਤੂਗੀ 20,000 ਰੁਪਿਆ, ਜਿਹੜਾ ਕਿ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਹਾਂ ਵੀ ਕਿਹੜੀ ਜਿੱਤੀ ਆ। ਪਰ ਮੈਂ ਪਹਿਲੇ ਦੱਸ ਦਿਉਂ ਵੀ ਸਾਰੀਆਂ ਵੀਡੀਓ ਇੰਨੀਆਂ ਜ਼ਿਆਦਾ ਵਧੀਆ ਸੀ, ਇੰਨਾ ਔਖਾ ਸੀ ਮੇਰੇ ਵਾਸਤੇ ਚੁਣਨਾ, ਪਰ ਜਿਹੜੀ ਇੱਕ ਵੀਡੀਓ ਸਭ ਤੋਂ ਉੱਪਰ ਇਹਨਾਂ ਤੋਂ ਨਿਕਲ ਕੇ ਆਈ ਅਤੇ ਮੈਨੂੰ ਵਧੀਆ ਲੱਗੀ ਅਤੇ ਆਪਣੇ ਕੰਟੈਸਟ ਦੀ ਇੱਕ ਤਰੀਕੇ ਦੀ, ਉਹ ਤੀਜੀ ਵਿਨਰ ਹੋ ਗਈ ਜਿਹੜੀ 20,000 ਰੁਪੀਸ ਜਿੱਤ ਰਹੀ ਆ, ਜਿਹੜੀ ਮੈਨੂੰ ਸਭ ਤੋਂ ਵਧੀਆ ਲੱਗੀ ਉਹ ਹੈਗੀ ਆ ਜੀ ਗੁਰਮੁਖ ਅਤੇ ਨਾਜ਼ਮ, ਜਾਂ ਨਾਜ਼ਮ ਅਤੇ ਗੁਰਮੁਖ ਜਿਵੇਂ ਵੀ ਸੀਗਾ ਨਾ, ਤਾਂ ਉਹ ਵੀਡੀਓ ਬਹੁਤ ਹੀ ਜ਼ਿਆਦਾ ਪਿਆਰੀ ਬਣੀ ਸੀਗੀ। ਜੇ ਤੁਸੀਂ ਨਹੀਂ ਦੇਖੀ ਉਹਦਾ ਮੈਂ ਲਿੰਕ ਵਗੈਰਾ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ, ਅਤੇ ਮੇਰੇ ਹਿਸਾਬ ਨਾਲ ਉਹ ਵੀਡੀਓ 500,000 ਵਿਊਜ਼ ਡਿਜ਼ਰਵ ਕਰਦੀ ਹੈ, ਇੰਨੀ ਜ਼ਿਆਦਾ ਸੋਹਣੀ ਵੀਡੀਓ ਸੀਗੀ। ਪਰ ਆਈ ਥਿੰਕ ਵੀਡੀਓ 'ਤੇ 10,000 ਵਿਊ ਇੰਨੇ ਸੀ, ਜੇ ਤੁਸੀਂ ਨਹੀਂ ਦੇਖੀ ਹੈਗੀ ਉਹ ਜ਼ਰੂਰ ਦੇਖ ਲਿਓ। ਸੋ ਇਹ ਵੀਡੀਓਜ਼ ਦੇ ਵਿਨਰਸ ਨੂੰ ਵੀ ਹਲੇ ਕੰਟੈਕਟ ਨਹੀਂ ਕੀਤਾ ਗਿਆ, ਸਾਰਿਆਂ ਨੂੰ ਇਹ ਪਹਿਲੀ ਵਾਰ ਵਿਨਰਸ ਦੀ ਅਨਾਊਂਸਮੈਂਟ ਮੈਂ ਉਹੀ ਕਰ ਰਿਹਾ ਵਾ। ਸੋ ਜੋ ਜਿਨ੍ਹਾਂ ਨੇ ਵੀਡੀਓ ਕੰਟੈਸਟ ਦੇ ਵਿੱਚ ਜਿਹੜੇ ਵਿਨਰਸ ਨੇ ਉਹਨਾਂ ਨੂੰ ਵਧਾਈਆਂ, ਅਤੇ ਜਿਹੜੇ ਥੋੜ੍ਹੇ ਜਿਹੇ ਫਰਕ ਕਰਕੇ ਰਹਿ ਗਏ ਉਹਨਾਂ ਨੂੰ ਵੀ ਵਧਾਈਆਂ। ਵੀਡੀਓ ਤੁਹਾਡੀ ਸਾਰਿਆਂ ਦੀ ਬਹੁਤ ਵਧੀਆ ਸੀ, ਤੁਸੀਂ ਇੰਨੀ ਹਿੰਮਤ ਕੀਤੀ, ਇੰਨਾ ਹੌਸਲਾ ਕੀਤਾ, ਆਪਣੀ ਇੱਕ ਕ੍ਰੀਏਟਿਵ ਚੀਜ਼ ਤੁਸੀਂ ਲੋਕਾਂ ਦੇ ਮੂਹਰੇ ਰੱਖੀ, ਆਪਣੇ ਚੈਨਲ ਦੇ ਥਰੂ ਰੱਖੀ। ਸੋ ਸਾਰਿਆਂ ਨੂੰ ਕੰਗਰੈਚੁਲੇਸ਼ਨਸ ਅਤੇ ਸਾਰਿਆਂ ਨੂੰ ਆਲਸੋ ਥੈਂਕ ਯੂ। ਅਤੇ ਜੇ ਤੁਸੀਂ ਜਿਹੜੇ ਵੀਡੀਓ ਦੇਖ ਰਹੇ ਹੋ ਤੁਹਾਨੂੰ ਇਹਨਾਂ ਵੀਡੀਓ ਦੇ ਵਿੱਚ ਕੋਈ ਵੀਡੀਓ ਨਹੀਂ ਦੇਖੀ ਹੋਈ ਸੀ ਤਾਂ ਜ਼ਰੂਰ ਜਾ ਕੇ ਉਹ ਵੀਡੀਓ ਨੂੰ ਦੇਖਿਓ। ਅਤੇ ਇਹ ਸੀਗੇ ਆਪਣੇ ਪਹਿਲੇ ਪੰਜਾਬੀ ਵਲੋਗਰ ਵੀਡੀਓ ਕੰਟੈਸਟ ਦੇ ਵਿਨਰਸ, ਸਾਰਿਆਂ ਨੂੰ ਇਹ ਹੁਣ ਆਹ ਵੀਡੀਓ ਦੇਖ ਕੇ ਪਤਾ ਲੱਗ ਗਿਆ ਵਿਨਰਸ, ਤਾਂ ਮੈਨੂੰ ਸਾਰੇ ਕੰਟੈਕਟ ਕਰ ਲੈਣ ਜਿਹੜੇ ਵਿਨਰਸ ਨੇ। ਵੈਸੇ ਤਾਂ ਮੇਰੇ ਇੰਸਟਾਗ੍ਰਾਮ ਦੇ ਉੱਤੇ ਆਲਮੋਸਟ ਸਾਰੇ ਐਡ ਹੀ ਹੋ ਚੁੱਕੇ ਨੇ, ਅਤੇ ਜਿਹੜੇ ਆਇਆ ਵੀ ਉਹ ਥੋੜ੍ਹੇ ਜਿਹੇ ਲਾਈਕ ਦੂਜੇ ਤੀਜੇ ਚੌਥੇ ਨੰਬਰ 'ਤੇ ਰਹਿ ਗਏ, ਉਹ ਦਿਲ ਛੋਟਾ ਨਾ ਕਰਨ ਕਿਉਂਕਿ ਆਪਾਂ ਇਹੋ ਜਿਹਾ ਉਪਰਾਲਾ ਫਿਰ ਇਨ ਫਿਊਚਰ ਦੇ ਵਿੱਚ ਵੀ ਕਰਾਂਗੇ। ਪਰ ਮੈਂ ਕਹਿਣਾ ਚਾਹੁੰਦਾ ਵੀ ਸਾਰੀਆਂ ਵੀਡੀਓ ਸੀ ਬਹੁਤ ਜ਼ਿਆਦਾ ਵਧੀਆ ਸੀਗੀਆਂ, ਅਤੇ ਬੈਸਟ ਆਫ ਲੱਕ ਟੂ ਐਵਰੀ ਵਨ ਫੋਰ ਦੇਅਰ ਫਿਊਚਰ। ਅਤੇ ਬਾਕੀ ਆਪਣੇ ਹੁਣ ਰੋਜ਼ ਵਲੋਗ ਆਉਂਦੇ ਰਹਿਣਗੇ, ਮੈਂ ਪ੍ਰੋਬਲੀ ਹੁਣ ਮੈਂ ਸ਼ਾਮ ਨਾਲ ਚੱਲਿਆ ਸ਼ਾਇਦ ਉਹਦੇ ਚੈਨਲ ਦੇ ਉਦਲੇ ਵਾਸਤੇ ਇੱਕ ਵਲੋਗ ਬਣਾਈਏ, ਉਹ ਤਾਂ ਮਾਂਗਟ ਫੈਮਿਲੀ ਦੇ ਉੱਤੇ ਪ੍ਰੋਬਲੀ ਅੱਜ ਆਜੂਗਾ ਜਾਂ ਕੱਲ੍ਹ ਆਜੂਗਾ। ਬਾਕੀ ਪੰਜਾਬੀ ਵਲੋਗ ਚੈਨਲ ਦੇ ਉੱਤੇ ਹੁਣ ਤੁਹਾਨੂੰ ਲਗਾਤਾਰ ਵਲੋਗ ਦੇਖਣ ਨੂੰ ਮਿਲਣਗੇ, ਸੋ ਨੋਟੀਫਿਕੇਸ਼ਨ ਔਨ ਕਰ ਲਿਓ। ਅਤੇ ਐਂਡ ਦੇ ਵਿੱਚ ਸਾਰਿਆਂ ਨੂੰ ਅਗੇਨ ਕੰਗਰੈਚੁਲੇਸ਼ਨਸ, ਅਤੇ ਕੋਈ ਐਵੇਂ ਮੈਂ ਨਾ ਗਿਲਾ ਗੁਲਾ ਨਾ ਰੱਖ ਲਿਓ ਵੀਰੇ, ਤੂੰ ਮੈਨੂੰ ਨਹੀਂ ਵੀਡੀਓ ਕੰਟੈਸਟ ਵਿਨਰ ਕੀਤਾ, ਜਮਾਂ ਆਈ ਸੀਗਾ ਵੀ ਅਨਪਾਰਸ਼ਲ ਕਹਿੰਦੇ ਹੁੰਦੇ ਆ ਨਾ ਵੀ, ਜਮਾਂ ਆਈ ਜਿਹੜਾ ਮੈਨੂੰ ਵਧੀਆ ਲੱਗਿਆ ਮੈਂ ਤੀਜੇ ਨੰਬਰ 'ਤੇ ਉਹ ਕੱਢਤਾ, ਪਹਿਲੇ ਦੋ ਆਪਾਂ ਉਹ ਕੱਢੇ ਜਿਹੜੇ ਡਿਜ਼ਰਵਿੰਗ ਸੀ, ਜਿਹਨਾਂ ਨੂੰ ਤੁਸੀਂ ਸਾਰੇ ਜਾਣਿਆਂ ਨੇ ਪਿਆਰ ਦਿੱਤਾ, ਉਹ ਤੁਹਾਡੇ ਵੱਲੋਂ ਇੱਕ ਤਰੀਕੇ ਦੇ ਕੱਢੇ ਹੋਏ ਵਿਨਰ ਸੀਗੇ। ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਸਾਰਿਆਂ ਨੂੰ ਲਵ ਯੂ, ਟੇਕ ਕੇਅਰ ਅਤੇ ਬਾਏ। ਅਤੇ ਜੇ ਵੀਡੀਓ ਨਹੀਂ ਦੇਖੀ ਹੋਈ ਤਾਂ ਉਹਨਾਂ ਸ਼ਾਰਟ ਮੂਵੀਆਂ 'ਚੋਂ ਦੇਖ ਲਿਓ, ਮਿਲਦਾ ਅਗਲੀ ਵੀਡੀਓ ਦੇ ਵਿੱਚ, ਲਵ ਯੂ ਗਾਇਸ।